ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਸੋਸ਼ਲ ਮੀਡੀਆ ਤੇ ਮਸ਼ਹੂਰ ਅਨਮੋਲ ਕਵਾਤਰਾ ਹੁਣ ਸ਼ਾਇਦ ਆਮ ਲੋਕਾਂ ਦੀ ਮਦਦ ਨਹੀਂ ਕਰੇਗਾ। ਤੁਹਾਨੂੰ ਦੱਸੀਏ ਕਿ ਅਨਮੋਲ ਕਵਾਤਰਾ ਨੇ ਖੁਦ ਲਾਈਵ ਹੋ ਕੇ ਇਸ ਗੱਲ ਦਾ ਐਲਾਨ ਕੀਤਾ ਹੈ। ਜੇਕਰ ਅਨਮੋਲ ਦੀ ਮੰਨੀਏ ਤਾਂ ਉਸਦਾ ਕਹਿਣਾ ਹੈ ਕਿ ਉਸਦੇ ਇਸ ਚੰਗੇ ਕੰਮ 'ਤੇ ਵੀ ਲੋਕ ਉਸਦੀ ਬੁਰਾਈ ਕਰ ਰਹੇ ਸੀ। ਇਸ ਦੇ ਚੱਲਦਿਆਂ ਉਹ ਇੰਨਾ ਕੁ ਹਤਾਸ਼ ਹੋ ਗਿਆ ਕਿ ਉਸਨੇ ਹੁਣ ਪੈਸੇ ਇਕੱਠੇ ਕਰਨੇ ਬੰਦ ਕਰ ਦਿੱਤੇ ਨੇ। ਤੁਸੀਂ ਆਪ ਹੀ ਸੁਣੋ ਕੀ ਕਿਹਾ ਅਨਮੋਲ ਕਵਾਤਰਾ ਨੇ। ਹਵਾ ਵੀ ਕਿੰਨੀ ਸੋਹਣੀ ਚੱਲ ਰਹੀ ਨਾ, ਅੱਜ ਇੰਨੀ ਵੱਡੀ ਖੁਸ਼ਖਬਰੀ ਦੇਣ ਲੱਗਾ। ਪਹਿਲਾਂ ਤਾਂ ਮਾਫ਼ੀ ਮੰਗਾਂਗਾ ਉਸ ਪਰਮਾਤਮਾ ਕੋਲੋਂ ਕਿ ਮੈਂ ਉਸ ਪਰਮਾਤਮਾ ਵੱਲੋਂ ਦਿੱਤੀ ਗਈ ਡਿਊਟੀ ਚੱਜ ਨਾਲ ਨਹੀਂ ਨਿਭਾ ਸਕਿਆ। ਜਾਂ ਤਾਂ ਮੈਂ ਉਹ ਬੋਲ ਸਕਦਾ ਕਿ ਜੋ ਮੈਂ ਅੰਦਰ ਫੀਲ ਨਹੀਂ ਕਰ ਰਿਹਾ, ਜਾਂ ਸੱਚ ਬੋਲ ਸਕਦਾ ਕਿ ਜੋ ਮੈਂ ਅੰਦਰ ਉਹ ਫੀਲ ਕਰ ਰਿਹਾ। ਮੈਂ ਅੰਦਰੋਂ ਬੜਾ ਹੀ ਟੁੱਟਿਆ ਹੋਇਆ ਅੱਜ ਫੀਲ ਕਰ ਰਿਹਾ ਆਪਣੇ ਆਪ ਨੂੰ। ਮੇਰੀ ਜ਼ਿੰਦਗੀ 'ਚ ਕਦੀ ਆਹ ਦਿਨ ਨਹੀਂ ਆਇਆ ਜੋ ਅੱਜ ਆਇਆ। ਇਹਨੂੰ ਤੁਸੀਂ ਜਿੱਦਾਂ ਮਰਜ਼ੀ ਲੈ ਸਕਦੇ ਹੋ, ਜਿੱਦਾਂ ਤੁਹਾਡੀ ਸ਼ਰਧਾ ਹੋਵੇ, ਪਰ ਅੱਜ ਤੋਂ ਬਾਅਦ ਅਨਮੋਲ ਕਵਾਤਰਾ ਅਤੇ ਉਹਦੀ ਟੀਮ ਲੁਧਿਆਣੇ ਦੀ ਕਿਸੇ ਵੀ ਹੋਸਪਿਟਲ 'ਚ ਨਹੀਂ ਮਿਲੂਗੀ। ਜਿੰਨੇ ਵੀ ਮਰੀਜ਼ ਅਗਰ ਤੱਕ ਇਸ ਐਨ ਜੀ ਓ ਦੇ ਵਿੱਚ ਹੈਲਪ ਲੈ ਕੇ ਗਏ, ਉਹ ਡੋਨਰਾਂ ਦਾ ਥੈਂਕ ਯੂ ਜਿਹੜੇ ਵੀਰ ਆ ਕੇ ਸੇਵਾ ਕਰ ਗਏ। ਅਤੇ ਅੱਗੋਂ ਦੀ ਕੋਈ ਵੀ ਪੇਸ਼ੈਂਟ ਸਾਨੂੰ ਪਲੀਜ਼ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰੇ। ਅਤੇ ਜਿਹੜੇ ਵੀਰ ਇਹ ਸੰਸਥਾ ਨੂੰ ਅੱਗੇ ਚਲਾਉਣਾ ਚਾਹੁੰਦੇ ਨੇ, ਵੀ ਡੋਨਟ ਅਸੈਪਟ ਮਨੀ ਔਰ ਥਿੰਗਸ ਨੂੰ, ਅਸੀਂ ਉਹਨਾਂ ਨੂੰ ਸਾਰਾ ਤਰੀਕਾ ਦੇ ਸਕਦੇ ਹਾਂ, ਕਿਉਂਕਿ ਉਹ ਹੁਣ ਪਿੱਛੇ ਖਾਤੇ ਬਹਿ ਕੇ ਵੇਸਟ ਹੀ ਹੋਣਾ। ਅਤੇ ਜੇ ਕੋਈ ਵੀਰ ਸਾਨੂੰ ਮਿਲ ਕੇ ਉਹ ਤਰੀਕਾ ਲੈਣਾ ਚਾਹੁੰਦਾ, ਇਹ ਡਿਊਟੀ ਨਿਭਾਉਣਾ ਚਾਹੁੰਦਾ, ਤਾਂ ਜ਼ਰੂਰ ਨਿਭਾਏ। ਅਤੇ ਬਾਕੀ ਜਿਹੜੇ ਅੱਜ ਦੇ ਪੇਸ਼ੈਂਟ ਸੀਗੇ ਉਹ ਕਲੀਅਰ ਕਰਾ ਦਿੱਤੇ। ਸਾਡੀ ਭੈਣ ਕਿੱਧਰ ਗਈ ਜਿਹਦਾ ਟੈਸਟ ਹੋਣ ਵਾਲਾ? ਅਤੇ ਸਾਡੇ ਕੋਲ ਭੈਣ ਕੱਲ੍ਹ ਆਈ ਸੀ ਭੈਣ ਦਾ ਵਿਚਾਰੀ ਦਾ ਟੈਸਟ ਹੋਣ ਵਾਲਾ ਸੀਗਾ। ਕੋਈ ਆਪਣਾ ਘਰਾਂ 'ਚ ਕੰਮ ਕਰਦੀ ਹੈ ਅਤੇ ਘਰ 'ਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਭੈਣ ਦੇ ਟੈਸਟ ਨਹੀਂ ਹੋ ਪਾ ਰਹੇ ਸੀ। 450 ਰੁਪਏ ਟੈਸਟ ਸੀ, ਇਹ ਭੈਣ ਦੇ ਟੈਸਟ ਹੋ ਗਏ। ਇੱਕ ਡਾਕਟਰ ਨੇ ਹੋਰ 1500 ਦਾ ਟੈਸਟ ਦੱਸਿਆ, ਜੋ ਵੀ ਡੋਨਰਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਉਹ ਵੀ ਹੋ ਜੂਗੇ। ਆਹ ਪਿੱਛੇ ਬਾਪੂ ਖੜਾ ਆਪਣਾ ਪੇਸ਼ੈਂਟ ਲੈ ਕੇ ਆਇਓ, ਪਿੱਛੇ ਮਾਂ ਖੜੀ ਹੈ। ਮਤਲਬ ਆ ਜਾਓ, ਮਤਲਬ ਕੀ ਆ ਜੀ ਤੁਹਾਡੇ ਮਰੀਜ਼ ਨਾਲ? ਆਓ ਅੰਕਲ ਜੀ, ਤੁਸੀਂ ਆ ਜਾਓ। ਅੱਛਾ, ਕੀ ਹੋਇਆ ਸੀ ਇਹਨਾਂ ਨਾਲ? ਇਹ ਕਿੰਨੀ ਦੇਰ ਤੋਂ ਘਰ ਸੀਗਾ ਆਪਣੇ ਮਰੀਜ਼? ਕਿੰਨੀ ਦੇਰ ਤੋਂ ਘਰ ਸੀ? 4 ਸਾਲ ਤੋਂ ਘਰ ਬੈਠਾ ਸੀ। ਕਿਉਂ? ਫਿਰ ਹੋ ਗਿਆ ਸੀ ਇਲਾਜ ਇਹਨਾਂ? ਨਹੀਂ, ਪਹਿਲਾਂ ਆਪਰੇਸ਼ਨ ਹੋ ਗਿਆ ਜਿਹੜਾ ਇਲਾਜ ਤੋਂ? ਤੁਹਾਨੂੰ ਪੈਸੇ ਮਿਲੇ ਸੀ? ਸੱਚੀ ਚ ਇਲਾਜ ਹੋਇਆ ਸੀ ਕਿ ਝੂਠ ਬੋਲ ਰਹੇ? ਵਾਹਿਗੁਰੂ, ਮੈਂ ਤਾਂ ਕਿੱਥੇ ਕਰਾਇਆ। ਇਹਨਾਂ ਦਾ ਜਿਹੜਾ ਇਲਾਜ ਹੋਣ ਵਾਲਾ ਹੈਗਾ ਸੀਗਾ ਉਹ ਹੋ ਗਿਆ। ਆਹ ਮਾਤਾ ਜੀ ਨੇ ਆਪਣੇ ਹਸਬੈਂਡ ਨੂੰ ਲੈ ਕੇ ਆਏ ਸੀ, ਇਹਨਾਂ ਕੋਲ ਇਲਾਜ ਜੋਗੇ ਪੈਸੇ ਨਹੀਂ ਸੀ। ਉਹ ਬੰਦਾ ਪਿੱਛੇ ਖੜਾ, 2017 ਦਾ ਟੈਸਟ ਲਿਖਿਆ ਹੋਇਆ, ਉਹ ਨਹੀਂ ਹੋ ਪਾਇਆ। ਉਹ ਪਿੱਛੇ ਮਾਤਾ ਜੀ ਖੜੇ ਨੇ, ਦਵਾਈਆਂ ਜੋਗੇ ਪਏ ਹੈ ਨਹੀਂ। ਆਹ ਪਿੱਛੇ ਮਾਤਾ ਜੀ ਖੜੇ ਨੇ, ਇਹਨਾਂ ਦੇ ਘਰ ਦੇ ਜੇ ਹਾਲਾਤ ਤੁਹਾਨੂੰ ਦਿਖਾ ਦੇਵਾਂ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਛੱਤ ਵੀ ਡਿੱਗਣ ਵਾਲੀ ਹੋਈ ਪਈ ਹੈ। ਅਤੇ ਉਹ ਪਿੱਛੇ ਮਰੀਜ਼ ਉਹ ਖੜਾ, ਮਤਲਬ ਪੇਸ਼ੈਂਟ ਤਾਂ ਇੰਨੇ ਹੈਗੇ ਆ ਕਿ ਰੋਜ਼ ਦਾ ਟਰੱਕ ਭਰ ਕੇ ਵੀ ਨੋਟ ਥੋੜ੍ਹੇ ਆ। ਪਰ ਅੱਜ ਮੈਂ ਵਾਕਈ ਪਰਸਨਲੀ ਅੰਦਰੋਂ ਦਿਲੋਂ ਇਹ ਮਾਫ਼ੀ ਮੰਗਦਾ ਉਸ ਵਾਹਿਗੁਰੂ ਕੋਲੋਂ ਕਿ ਹੁਣ ਸ਼ਮਤਾ ਨਹੀਂ ਹੈਗੀ ਹੋਰ ਇਹ ਕੰਮ ਕਰਨ ਦੀ। ਬਹੁਤ ਗੱਲਾਂ ਸੁਣੀਆਂ, ਬਹੁਤ ਕੁਛ ਹੋਇਆ, ਪਰ ਅੱਜ ਅੰਦਰੋਂ ਮਨ ਟੁੱਟ ਗਿਆ। ਕਿਹੜੇ ਕਾਰਨ ਤੋਂ ਟੁੱਟਿਆ ਉਹ ਦਿਖਾਈਆਂ ਮੈਨੂੰ ਪੋਸਟ ਕੱਢ ਕੇ ਦਈਆਂ। ਬਹੁਤ ਕਾਰਨ ਹੈ ਮਨ ਟੁੱਟਣ ਦੇ ਕਿ ਪੰਜਾਬ ਦੇ ਵਿੱਚ ਜਿਸ ਹਿਸਾਬ ਨਾਲ ਮਰੀਜ਼ ਹੈ, ਇੱਕ ਐਸੀ ਐਨ ਜੀ ਓ ਚਲਾਤੀ ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਸ। ਪਰ ਰਾਤ ਦੀਆਂ ਮੈਨੂੰ ਪੋਸਟਾਂ ਪੈ ਰਹੀਆਂ ਫੇਸਬੁੱਕ 'ਤੇ, ਮੈਨੂੰ ਟੈਗ ਕਰਕੇ, ਇਹਦੇ 'ਤੇ ਲਿਖਿਆ, ਸਾਲਿਆ ਤੇਰਾ ਪੁੱਠਾ ਟਾਈਮ ਸ਼ੁਰੂ ਹੋ ਗਿਆ, ਹੁਣ ਡਰਾਮੇਬਾਜ਼ੀ ਬੰਦ ਕਰ ਦੇ ਅਤੇ ਆਪਣੀ ਅਸਲੀਅਤ ਔਕਾਤ 'ਤੇ ਆ ਜਾ, ਨਹੀਂ ਤਾਂ ਸਾਨੂੰ ਲਿਆਉਣਾ ਆਉਂਦਾ, ਸੁਧਰ ਜਾ। ਇਹ ਬੰਦਾ ਸ਼ਰਿਆਮ ਮੈਨੂੰ ਐਨ ਜੀ ਓ ਬੰਦ ਕਰਨ ਦੀ ਧਮਕੀ ਦੇ ਰਹੇ ਨੇ। ਅਤੇ ਵੀਰੇ, ਤੁਸੀਂ ਕਾਮਯਾਬ ਹੋ ਗਏ ਹੋ, ਅੱਜ ਤੋਂ ਬਾਅਦ ਮੈਂ ਡਰਪੋਕ ਘਰ ਬਹਿ ਕੇ ਆਪਣਾ ਕੰਮ ਕਰ ਦੇਖਾਂ। ਜਿੰਨਾ ਮੇਰੇ ਕੋਲ ਹੋਇਆ, ਜਿੰਨਾ ਇਸ ਟੀਮ ਕੋਲੋਂ ਹੋਇਆ, ਉਹ ਸੇਵਾ ਉਸ ਵਾਹਿਗੁਰੂ ਨੂੰ ਬਖਸ਼ੀ ਗਈ, ਪੂਰੀ ਹੋਈ। ਅੱਗੋਂ ਦੀ ਜੇ ਕੋਈ ਵੀਰ ਇਹ ਸੇਵਾ ਸਾਹਮਣਾ ਚਾਹੁੰਦਾ, ਕਿਉਂਕਿ ਜਿਹੜੇ ਮਰੀਜ਼ ਨੇ ਇਹਨਾਂ ਨੂੰ ਕੱਲ੍ਹ ਫਿਰ ਲੋੜ ਹੈ, ਇਹ ਭੈਣ ਦਾ ਹੁਣ ਅੱਗੇ ਫਿਰ ਇਲਾਜ ਹੋਣਾ, ਇਸ ਕੋਲ ਇਲਾਜ ਜੋ ਕਿ ਪੈਸੇ ਹੈ ਨਹੀਂ। ਇਹ ਮਾਤਾ ਜੀ ਦਾ, ਇਹਨਾਂ ਦੇ ਘਰ ਦੀ ਵੀਡੀਓ ਦਿਖਾਈਆਂ, ਮਤਲਬ ਕਦੋਂ ਤੋਂ ਹੈਲਪ ਲੈ ਰਹੇ ਹੋ ਤੁਸੀਂ? ਸਾਲ ਹੋ ਗਏ। ਕਿੰਨੇ ਕੁ ਰੁਪਏ ਦੀ ਹੈਲਪ ਹੋਊਗੀ ਹੋਊਗੀ ਤੁਹਾਡੀ? ਪੈਸੇ ਕਿੰਨੇ ਕੁ ਦੇਤੇ ਹੋਗੇ ਤੁਸੀਂ ਹੁਣ ਤੱਕ ਹੋਸਪਿਟਲ? ਲੱਖ 4-5 ਲੱਖ ਹੋ ਗਏ। ਮਾਤਾ ਦਾ ਘਰ ਦੇ ਹਾਲਾਤ ਹੈ ਜੋ ਅਸਲ ਦੇ ਵਿੱਚ ਹੈਗੇ ਆ, ਘਰ ਦੀ ਛੱਤ ਦੇ ਹਾਲਾਤ ਦੇਖ ਲਓ, ਘਰੇ ਬੱਚੇ ਪੜ੍ਹਦੇ ਨਹੀਂ, ਮਾਤਾ ਦੇ ਮੁੰਡੇ ਦੇ ਡਾਇਲਸਿਸ ਹੁੰਦੇ ਆ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਮਾਤਾ ਦੀ ਰੈਗੂਲਰ 1.5-2 ਲੱਖ ਦੀ ਮਦਦ ਹੋ ਚੁੱਕੀ ਹੈ। ਅਤੇ ਮਾਤਾ ਦਾ ਕੱਲ੍ਹ ਸਵੇਰੇ ਫਿਰ ਡਾਇਲਸਿਸ ਹੋਣਾ। ਜਿਹੜੇ ਮੇਰੇ ਵੀਰ ਪੋਸਟਾਂ ਪਾਉਂਦੇ ਸੀ ਫੇਸਬੁੱਕ 'ਤੇ ਕਿ ਇੱਦਾਂ, ਮੈਨੂੰ ਕਾਫ਼ੀ ਮਾਂ ਭੈਣ ਦੀਆਂ ਗਾਲਾਂ ਮੈਂ ਸਵੇਰ ਤੋਂ ਸੁਣ ਰਿਹਾ, ਅਤੇ ਬੜਾ ਚੰਗਾ ਲੱਗਿਆ ਮੈਨੂੰ ਗਾਲਾਂ ਸੁਣ ਕੇ। ਅਤੇ ਪਲੀਜ਼, ਮਾਤਾ ਪਤਾ ਕੀ ਚੱਕਰ ਆ, ਮੈਂ ਮੇਰੇ ਕੋਲ ਡੋਨਰ ਵੀਰ ਵੀ ਖੜੇ ਨੇ, ਇਹਨਾਂ ਨੇ ਵੀ ਕਾਫ਼ੀ ਫੀਲ ਕੀਤਾ ਕਿ ਵੀਰੇ ਤੂੰ ਇੱਦਾਂ ਨਾ ਕਰ, ਛੋਟੀ ਭੈਣ ਦਾ ਜਨਮ ਦਿਨ ਹੈ, ਇਹ ਭੈਣ ਜਨਮ ਦਿਨ ਮਨਾਉਣ ਆਈ ਹੈ, ਪਰ ਮੇਰੀ ਮੈਨੂੰ ਇੱਦਾਂ ਨਾ ਕਹੋ, ਮੈਂ ਰੋ ਲੈਣਾ।
ਮੈਨੂੰ ਬੋਲਣ ਦੋ ਬਸ ਜਿਹੜੇ ਮੇਰੇ ਵੀਰ ਲੁਧਿਆਣੇ ਦੇ ਵਿੱਚ ਸੇਵਾ ਕਰ ਰਹੇ ਆ ਮੇਰਾ ਦਿਲੋਂ ਤਨੋ ਮਨੋ ਧਨੋ ਆਪਣਿਆਂ ਦਸਵੰਧ ਮੈਂ ਤੁਹਾਡੇ ਕੋਲ ਦੇ ਕੇ ਜਾਇਆ ਕਰੂੰਗਾ ਪਰ ਰੋਜ਼ ਜਿਹੜਾ 150-200 ਮਰੀਜ਼ ਅਨਮੋਲ ਦੀ ਆਸ ਦੇ ਵਿੱਚ ਉਹਦੀ ਟੀਮ ਦੀ ਆਸ ਦੇ ਵਿੱਚ ਆਉਂਦਾ ਸੀ ਅਨਮੋਲ ਦੀ ਟੀਮ ਅੱਜ ਸਾਰੀ ਮੋਹਰੇ ਖੜੀ ਆ ਇਹਨਾਂ ਸਾਰਿਆਂ ਦਾ ਡਿਸੀਜਨ ਹੈ ਜੋ ਵੀ ਹੈ ਅਤੇ ਮੈਂ ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਬਹੁਤ ਸਹੀ ਕਹੋਗੇ ਕਿ ਨਹੀਂ ਵੀਰੇ ਸੇਵਾ ਕਰ ਪਰ ਮੇਰਾ ਜ਼ਿੰਦਗੀ 'ਚ ਪਹਿਲੀ ਵਾਰੀ ਮਨ ਇੰਨਾ ਭਰਿਆ ਅਤੇ ਜਿਹੜੇ ਵੀ ਵੀਰ ਹੁਣ ਅੱਗੇ ਸੇਵਾ ਸਾਹਮਣੇ ਚਾਹੁੰਦੇ ਨੇ ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਫੋਨ ਨੰਬਰ ਅਤੇ ਆਪਣਾ ਇੱਕ ਐਡਰੈਸ ਜਿੱਥੇ ਮੈਂ ਮਰੀਜ਼ਾਂ ਨੂੰ ਕੱਲ੍ਹ ਤੋਂ ਭੇਜ ਸਕਾਂ ਕਿਉਂਕਿ 150-200 ਮਰੀਜ਼ ਇੱਕ ਆਸ ਦੇ ਵਿੱਚ ਆਉਂਦਾ ਉਹਦੇ ਵਿੱਚੋਂ ਜੇ ਅਨਮੋਲ 2 ਦੀ ਵੀ ਹੈਲਪ ਕਰ ਦਿੰਦਾ ਸੀਗਾ ਤਾਂ ਪਲੀਜ਼ ਤੁਸੀਂ ਵੀ ਉਹ 2 ਮਰੀਜ਼ਾਂ ਦੀ ਰੋਜ਼ ਹੈਲਪ ਕਰੋ ਆਹ ਬੰਦੇ ਨੇ ਆਪਣੇ ਘਰ ਦੇ ਭਾਂਡੇ ਤੱਕ ਭੇਜਤੇ ਸੀਗੇ ਸਭ ਕੁਛ ਵਿਕ ਗਿਆ ਇੱਕ ਅਨਮੋਲ ਮੈਂ ਕਹਿੰਦਾ ਇਹਨੂੰ ਜੁਗ ਜੁਗ ਉਹਦੀ ਉਮਰ ਵਧੇ ਪਰ ਜਿਸ ਬੰਦੇ ਨੇ ਇਹਦੇ ਬਾਰੇ ਮਾੜਾ ਸੋਚਣਾ ਨਾ ਉਹਦੇ ਬੱਚੇ ਸੁਖੀ ਕਦੇ ਨਹੀਂ ਰਹਿਣਗੇ ਨਹੀਂ ਏਦਾਂ ਨਹੀਂ ਬੋਲਣਾ ਨਹੀਂ ਮੈਨੂੰ ਕਿਸੇ ਨੇ ਕੁਛ ਮਾੜਾ ਨਹੀਂ ਬੋਲਿਆ ਮੈਂ ਆਪ ਹੀ ਭਰ ਚੁੱਕਾ ਹੁਣ ਮੇਰਾ ਐਂਡ ਹੋ ਚੁੱਕਾ ਹੈ ਕਦੇ ਨਹੀਂ ਸੁਖੀ ਰਹੇਗਾ ਮੈਂ ਤੁਹਾਡੇ ਕਮੈਂਟ ਕੋਈ ਵੀ ਨਹੀਂ ਪੜ੍ਹਨੇ ਕਮੈਂਟ ਸਿਰਫ ਇੱਕ ਰੱਬ ਦਾ ਸਹਾਰਾ ਤੇ ਇੱਕ ਤਨ ਬਾਰ ਭਾਈ ਨੂੰ ਭੇਜੋ ਜੇ ਹੁਣ ਮੈਂ ਅੱਗੇ ਐਨਜੀਓ ਚਲਾਈ ਤਾਂ ਮੈਂ ਡਿਪਰੈਸ਼ਨ 'ਚ ਜਾਊਂਗਾ ਮੈਂ ਨਹੀਂ ਜਾਣਾ ਮੇਰੇ ਕੋਲ ਨਹੀਂ ਹੋ ਰਿਹਾ ਹੋਰ ਮੈਂ ਆਪਣੇ ਮੂੰਹੋਂ ਹਾਰ ਮੰਨ ਗਿਆ ਅੱਜ ਮੈਂ ਸਵੇਰ ਤੋਂ ਮੋਟੀਵੇਸ਼ਨ ਲੈ ਰਿਹਾ ਮੈਨੂੰ ਸਮਝਾ ਰਿਹਾ ਕਿ ਤੂੰ ਘਬਰਾਉਣਾ ਲੋਕਾਂ ਨੇ ਤਾਂ ਗੁਰੂ ਪੀਰਾਂ ਨੂੰ ਨਹੀਂ ਛੱਡਿਆ ਬਿਲਕੁਲ ਗੱਲ ਜਾਇਜ਼ ਆ ਪਰ ਇੱਕ ਬੰਦੇ ਦਾ ਕਿ ਇੱਕ ਕੈਸ਼ਲੈਸ ਐਨਜੀਓ ਖੋਲ੍ਹਤੀ 1 crore rupees ਦੀ ਲੋਕਾਂ ਦੀ ਮਦਦ ਹੋਊਗੀ ਇਹ ਹੋਣ ਤੋਂ ਬਾਵਜੂਦ ਵੀ ਜੇ ਸਾਨੂੰ ਗਾਲਾਂ ਪੈ ਰਹੀਆਂ ਤਾਂ ਮੈਂ ਜ਼ਿੰਦਗੀ ਦੇ ਵਿੱਚ ਵੀ ਦੁਬਾਰਾ ਇਹਨਾਂ ਪੇਸ਼ੈਂਟ ਵਾਸਤੇ ਨਹੀਂ ਮੈਂ ਕਹੂੰਗਾ ਮੈਂ ਪਤਾ ਨਹੀਂ ਮੈਨੂੰ ਕਿੰਨਾ ਵੱਡਾ ਪਾਪ ਲੱਗਣਾ ਕਿ ਇਹਨਾਂ ਪੇਸ਼ੈਂਟਾਂ ਦੀ ਹੁਣ ਹੈਲਪ ਨਹੀਂ ਹੋਣੀ ਪਰ ਜਿੰਨੇ ਵੀ ਵੀਰ ਐਨਜੀਓ ਦੇ ਲੁਧਿਆਣੇ ਸੇਵਾ ਕਰ ਰਹੇ ਨੇ ਉਹ ਪਲੀਜ਼ ਆਪਣਾ ਫੋਨ ਨੰਬਰ ਅਤੇ ਆਪਣੀ ਜਗ੍ਹਾ ਦੀ ਲੋਕੇਸ਼ਨ ਜ਼ਰੂਰ ਇਸ ਵੀਡੀਓ ਦੇ ਕਮੈਂਟ ਥੱਲੇ ਦੱਸ ਦੇਣ ਕਿ ਕੱਲ੍ਹ ਤੋਂ ਇਹ ਮਰੀਜ਼ ਉੱਥੇ ਪਹੁੰਚ ਸਕਣ ਕੱਲ੍ਹ ਤੋਂ ਇਹ ਸਿਰਫ ਜਿਹੜਾ ਡਿਸੀਜਨ ਆ ਲੁਧਿਆਣਾ ਟੀਮ ਦਾ ਬਾਕੀ ਦਾ ਨਹੀਂ ਬਾਕੀ ਲੁਧਿਆਣਾ ਟੀਮ ਆਪਣਾ ਆਪਣਾ ਰਿਵਿਊ ਦਊਗੀ ਆ ਜਾ ਵੀਰੇ ਇਹ ਬੰਦਾ ਮੈਂ ਇਸ ਐਨਜੀਓ ਦੇ ਨਾਲ ਸਾਲ ਤੋਂ ਜੁੜਿਆ ਹੋਇਆ ਵੀ ਰੋਜ਼ 7 ਵਜੇ ਆ ਕੇ ਪੇਸ਼ੈਂਟਾਂ ਬਾਰੇ ਲਿਖਦਾ ਮੈਨੂੰ ਨਹੀਂ ਪਤਾ ਵੀਰਾ ਕੌਣ ਹੈ ਇਸ ਐਨਜੀਓ ਦਾ ਟੀਮ ਮੈਂਬਰ ਹੈ ਇੱਥੇ ਹੀ ਸਾਨੂੰ ਮਿਲਿਆ ਸੀ ਸੇਵਾ ਕਰਨ ਬਾਈ ਪਹਿਲੀ ਵਾਰੀ ਆਇਆ ਸੀ ਅਤੇ ਅੱਜ ਸਾਰਿਆਂ ਨੇ ਡਿਸੀਜਨ ਇਹੀ ਲਿੱਤਾ ਕਿ ਅੱਜ ਤੋਂ ਬਾਅਦ ਜਿੰਨੇ ਵੀ ਪੇਸ਼ੈਂਟ ਆਏ ਆ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਬਣੂਗਾ ਓਬਵੀਅਸ ਗੱਲ ਆ ਉਹਨਾਂ ਦਾ ਰੱਬ ਬੈਠਾ ਕੁਛ ਨਾ ਕੁਛ ਹੀਲਾ ਜ਼ਰੂਰ ਹੋਊਗਾ ਅਤੇ ਬਾਕੀ ਆਪਾਂ ਸਾਰਿਆਂ ਦਾ ਅੱਜ ਇਹੀ ਡਿਸੀਜਨ ਹੈ ਕਿ ਕੱਲ੍ਹ ਤੋਂ ਕੋਈ ਵੀ ਮਰੀਜ਼ ਸਾਨੂੰ ਫੋਨ ਨਾ ਕਰੇ ਅਤੇ ਜਿਹੜੇ ਮਰੀਜ਼ਾਂ ਦੇ ਫੋਨ ਆਉਣਗੇ ਉਹਨਾਂ ਨੂੰ ਵੀ ਜ਼ਰੂਰ ਸਾਨੂੰ ਦੱਸ ਦਿੱਤਾ ਜਾਵੇ ਉਹਨਾਂ ਨੂੰ ਕਿੱਥੇ ਭੇਜਿਆ ਜਾਵੇ ਅਤੇ ਬਾਕੀ ਵੀਰਾ ਮੈਂ ਤਾਂ ਸਭ ਨੂੰ ਆਹੀ ਕਹਾਂਗਾ ਜਿਹੜੇ ਘਰ ਬੈਠੇ ਗੱਲਾਂ ਕਰਦੇ ਪਏ ਹੈ ਕਿ ਅਨਮੋਲ ਇੱਦਾਂ ਵਾ ਇੱਦਾਂ ਵਾ ਕਿ ਬੜਾ ਹੀ ਉਹ ਖਰਾਬ ਹੈ ਤੁਸੀਂ ਆਪ ਆ ਕੇ ਇੱਕ ਦਿਨ ਇੱਥੇ ਦੇਖੋ ਨਹੀਂ ਬਸ ਹੁਣ ਉਹੀ ਸਾਹਮਣਗੇ ਸਾਡਾ ਜਿੰਨਾ ਜਿਗਰਾ ਸੀਗਾ ਜਿੰਨਾ ਕੁ ਹੋਇਆ ਵਾਹਿਗੁਰੂ ਕੋਲੋਂ 3.5 lakh ਲੋਕਾਂ ਦੀ ਮਦਦ ਹੋ ਗਈ ਭੈਣੇ ਮੇਰੀ ਜਿੰਨੀ ਔਕਾਤ ਹੋਈ ਮੈਂ ਵੀ ਕਮਾਊਂਗਾ ਜਿੰਨੀ ਔਕਾਤ ਹੋਈ ਮੈਂ ਉਨੀ ਸੇਵਾ ਕਰੂੰਗਾ ਪਰ ਹੁਣ ਮੇਰਾ ਮਨ ਭਰ ਗਿਆ ਮੇਰੀ ਟੀਮ ਦਾ ਮਨ ਭਰ ਗਿਆ ਆਪਾਂ ਰੋਜ਼ ਰੋਜ਼ ਆਪਣਾ ਕੰਮ ਘਰ ਛੱਡ ਕੇ 4-4, 5-5 ਸਾਲ ਤੋਂ ਲੱਗੇ ਹੋਏ ਹਾਂ ਹੁਣ ਨਹੀਂ ਕਿਉਂਕਿ ਹਰ ਇੱਕ ਬੰਦੇ ਦਾ ਅੰਤ ਹੁੰਦਾ ਆਪਣਾ ਅੰਤ ਅੱਜ ਹੋ ਗਿਆ ਅਤੇ ਕੱਲ੍ਹ ਤੋਂ ਜਿਹੜਾ ਵੀ ਵੀਰੇ ਐਨਜੀਓ ਸਾਹਮਣਾ ਚਾਹੁੰਦਾ ਉਹ ਸਾਨੂੰ ਕਾਲ ਕਰਕੇ ਇਸ ਐਨਜੀਓ ਤੋਂ ਸਾਰਾ ਡਾਟਾ ਸਿਸਟਮ ਸਭ ਸਾਂਭ ਲਵੇ ਅਤੇ ਵੀਰੇ ਮੈਂ ਉਮੀਦ ਕਰੂੰਗਾ ਕਿ ਤੂੰ ਜ਼ਰੂਰ ਸਾਰੇ ਮਰੀਜ਼ ਖੁਸ਼ ਕਰੇ ਸਾਡਾ ਵੀਰ ਅੱਜ ਆ ਜਾ ਅਖਬਾਰ ਭਾਜੀ ਕਿੱਥੇ ਆ ਸਾਰੀ ਟੀਮ ਸਾਡੀ ਜੋ ਡਿਸੀਜਨ 'ਤੇ ਪਹੁੰਚੀ ਹੈ ਅਤੇ ਮੇਰੀ ਬੇਨਤੀ ਹੈ ਜ਼ਰੂਰ ਕਹਿਣੇ ਮਾਤਾ ਜੀ ਕੋਈ ਗੱਲ ਨਹੀਂ ਇਕੱਲਾ ਨੂੰ ਮੋਹਰ ਨਹੀਂ ਹੈਗਾ ਦੁਨੀਆਂ ਦੇ ਵਿੱਚ ਜਿੰਨਾ ਵੀਰਾਂ ਕਰਕੇ ਅਸੀਂ ਐਨਜੀਓ ਬੰਦ ਕਰ ਰਹੇ ਹਾਂ ਉਹ ਖੜੇ ਨੇ ਸਾਰਿਆਂ ਲਈ ਨਹੀਂ ਮਾਤਾ ਰੋਣਾ ਨਹੀਂ ਫਿਰ ਇੱਦਾਂ ਮੈਨੂੰ ਵੀ ਰੋਣਾ ਆਏ ਨਾ ਮੈਂ ਭੈਣੇ ਮੈਨੂੰ ਇਹ ਰੋਣਾ ਨਜ਼ਰ ਆਉਂਦਾ ਸੀ ਤਾਂ ਹੀ ਆਪਣਾ ਕੰਮ ਘਰ ਛੱਡ ਕੇ ਬੈਠੇ ਹੈ ਨਾ ਅਤੇ ਜੋ ਵੀ ਹੋਇਆ ਚੰਗਾ ਹੋਇਆ ਸਾਡੀ ਕਿੱਥੇ ਯਾਰ ਭੇਜ ਦਿਓ ਜੇ ਕਿਸੇ ਨੂੰ ਭੇਜਣਾ ਕਿਸੇ ਨੇ ਆਉਣਾ ਟਿੰਗਰੇ ਭਾਈ ਪਹਿਲੀ ਗੱਲ ਸੀ ਰੋਣ ਆ ਯਾਰ ਅੱਜ ਅਸੀਂ ਹਾਰ ਮੰਨ ਗਏ ਹਾਂ ਅਸੀਂ ਫੱਟੂ ਪਰਿਵਾਰਾਂ ਤੋਂ ਆਉਣਾ ਸਾਡੀ ਲੜਨ ਦੀ ਔਕਾਤ ਹੈ
ਤੁਸੀਂ ਸਾਨੂੰ ਧਮਕੀਆਂ ਦਿਓ ਮਾਰਨ ਦੀਆਂ ਚੱਕਣ ਤੁਹਾਡੇ ਘਰ ਬੈਠੇ ਕਿਸੇ ਦਾ ਕੁਛ ਨੀ ਜਾਣਾ ਜਿਹੜੇ ਇੱਥੇ ਖੜੇ ਰਹਿਣਾ ਇਹਨਾਂ ਦਾ ਸਾਰਾ ਕੰਮ ਰੁਕ ਜਾਣਾ ਤੁਸੀਂ ਆਪ ਆ ਕੇ ਇੱਕ ਦਿਨ ਦੇਖ ਲਓ ਉੱਥੇ ਕੀ ਹਾਲ ਹੋਊਗਾ ਤੁਹਾਨੂੰ ਪਤਾ ਲੱਗ ਜਾਊਗਾ ਸਾਰੀ ਦਿਹਾੜੀ ਸਾਰੀ ਟੀਮ ਕੰਮ ਕਰਦੀ ਹੈ ਫਿਰ 6 ਵਜੇ ਹੋਣਾ ਤੇ 7 ਹੋਣਾ ਤੇ ਸਾਰੇ ਬੰਦੇ ਆਦੇ ਸਾਡੇ ਅਸੀਂ ਆਪਣੇ ਘਰ ਛੱਡ ਕੇ ਦੇਖਣਾ ਇਹ ਤਾਂ ਗੱਲ ਹੋ ਗਈ ਹੱਥ ਜੋੜ ਕੇ ਹੁਣ ਐਂਡ ਤੱਕ ਗੱਲ ਕਰਕੇ ਚੱਲਾਂ ਜੇ ਬੰਦਿਆਂ ਵਾਲੀ ਗੱਲ ਕਰਨੀ ਹੈ ਨਾ ਹੁਣ ਇੱਕ ਰੈਕਰਡ ਮੇਨਟੇਨ ਕੀਤਾ ਅਨਮੋਲ ਕਵਾਤਰਾ ਦੀ ਟੀਮ ਨੇ ਵਰਲਡ ਦਾ ਫਸਟ ਕੈਸ਼ਲੈਸ ਐਨਜੀਓ 5-6 ਕਰੋੜ ਦਾ ਹਿਸਾਬ ਚਾਹੀਦਾ ਹੋਇਆ ਮੈਂ ਦੇ ਦੂੰਗਾ ਇਹਨੂੰ ਤੋੜ ਲਈਓ ਵੀਰੇ ਹੁਣ ਸਾਡੇ ਭਾਈ ਨੇ ਲੀਹਾਂ ਬਣਾ ਦੀਆਂ ਹੁਣ ਤੁਸੀਂ ਉੱਤੇ ਜਿਵੇਂ ਮਰਜ਼ੀ ਕਰ ਲਓ ਪਰ ਇਹਨੂੰ ਤੋੜੋ ਕਿਉਂਕਿ ਜੇ ਤੁਹਾਡਾ ਨਾ ਸਾਡਾ ਫਾਇਦਾ ਅਮਰੀਕਾ ਦਾ ਫਾਇਦਾ ਜੇ ਰੁਕ ਗਿਆ ਨਾ ਖਤਮ ਇਹਨਾਂ ਦੀ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਬਾਦਵਾਂ ਤੁਹਾਡੇ ਨੂੰ ਪਰ ਕੱਲ ਤੋਂ ਜਿੰਨਾ ਵੀ ਲੁਧਿਆਣੇ 150-200 ਮਰੀਜ਼ ਮੈਨੂੰ ਮਿਲਣ ਵਾਸਤੇ ਆਉਂਦਾ ਸੀ ਪੂਰੇ ਪੰਜਾਬ ਦੇ ਵਿੱਚ 500-600 ਬੰਦਾ ਇਸ ਟੀਮ ਦੇ ਕੋਲ ਹੈਲਪ ਲੈਣੀ ਆਉਂਦਾ ਸੀ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਮੈਨੂੰ ਇਹ ਵੀਡੀਓ ਹੁਣ ਚਾਹੀਦੀ ਆ ਵੀਰੇ ਇੱਕ ਮੇਰੇ ਬਲਵਾਨ ਵੀਰ ਫੇਸਬੁੱਕ ਤੇ ਹੁਣ ਇਹ ਵੀ ਵੀਡੀਓ ਪਾਣ ਕਿ ਚਲੋ ਇਹ ਅਨਮੋਲ ਫੁਗਰਾ ਭੱਜ ਗਿਆ ਮੈਦਾਨ ਛੱਡ ਕੇ ਕੋਈ ਗੱਲ ਨਹੀਂ ਹੁਣ ਅਸੀਂ ਬੈਠੇ ਹਾਂ ਇਹ ਵੀਡੀਓ ਦੀ ਮੈਂ ਕੱਲ੍ਹ ਤੱਕ ਉਡੀਕ ਕਰੂੰਗਾ ਜਿਹਦੇ 'ਚ ਬੰਦਾ ਆਪਣਾ ਫੋਨ ਨੰਬਰ ਬੋਲੂਗਾ ਆਪਣੀ ਜਗ੍ਹਾ ਲੋਕੇਸ਼ਨ ਦੱਸੂਗਾ ਜਿੱਥੇ ਮਰੀਜ਼ ਆ ਕੇ ਤੁਹਾਨੂੰ ਮਿਲਣਗੇ ਅਤੇ ਰੋਜ਼ ਸ਼ਾਮੀ 9 ਵਜੇ ਮੈਂ ਘਰ ਬਹਿ ਕੇ ਉਸ ਬੰਦੇ ਦੀ ਲਾਈਵ ਦੀ ਉਡੀਕ ਕਰੂੰਗਾ ਕਿ 9 ਵਜੇ ਰੋਜ਼ ਜਿੱਦਾਂ ਵੀ ਡੂਨਟ ਦੀ ਰੋਜ਼ ਇੱਥੇ ਹੋਸਪਿਟਲ ਖੜ੍ਹ ਕੇ ਲਾਈਵ ਹੁੰਦੀ ਲਾਈਵ ਹੁੰਦਾ ਹੁਣ ਕੱਲ੍ਹ ਤੋਂ ਮੈਂ ਕੈਮਰੇ ਦੇ ਪਿੱਛੇ ਅਤੇ ਕੈਮਰੇ ਵਾਲੇ ਅੱਗੇ ਆ ਜਾਓ ਬਾਕੀ ਹੋਰ ਕਿਸੇ ਨੇ ਵੀਰੇ ਨੇ ਕੁਝ ਕਹਿਣਾ ਤਾਂ ਆ ਜਾਓ ਟੀਮ ਮੈਂਬਰ ਅੱਜ ਮਿਲ ਲਓ ਸਾਰੇ ਕਿੱਥੇ ਪਾਰ ਭਾਜੀ ਆ ਜਾਓ ਯਾਰ ਭਾਜੀ ਆ ਜਾਓ ਭਾਜੀ ਯਾਰ ਇੱਕ ਜ਼ਰੂਰ ਅੱਜ ਐਂਡਲੀ ਵਾਰੀ ਸਾਰੇ ਕਹਿ ਦਾਲੇ ਛੋਟੀ ਮੈਂ ਗੱਲ ਇੱਕ ਹੋਰ ਕਹਿਣੀ ਜਦੋਂ ਭਾਈ ਦੀ ਸ਼ੂਟਿੰਗ ਚੱਲਦੀ ਸੀਗੀ ਭਾਜੀ 7 ਵਜੇ ਉਰੇ ਆ ਜਾਂਦੇ ਸੀਗੇ ਫਿਰ 9 ਵਜੇ ਵਗੈਰਾ ਚੰਡੀਗੜ੍ਹ ਫਿਰ ਵਾਪਸ ਜਾਂਦੇ ਸੀਗੇ ਇਹ 3 ਦਿਨ ਲਗਾਤਾਰ ਮੈਂ ਆਪ ਦੇਖਿਆ ਨਹੀਂ ਛੱਡ ਮੈਂ ਨਹੀਂ ਭਾਜੀ ਨਹੀਂ ਯਾਰ ਮੈਂ ਆਪ ਹੀ ਹਾਰ ਚੁੱਕਾ ਮੈਂ ਝੂਠੇ ਫਰੇਮ ਨਹੀਂ ਕਰ ਸਕਦਾ ਮੈਂ ਅੱਜ ਟੁੱਟ ਗਿਆ ਸਿੱਧੀ ਜਿਹੜੀ ਗੱਲ ਮੇਰੇ ਸਾਰੇ ਵੀਰ ਹਾਰ ਮੰਨ ਚੁੱਕੇ ਆ ਤੇ ਜਿਹੜੀ ਪੰਜਾਬ ਟੀਮ ਦਾ ਡਿਸੀਜਨ ਹੈ ਕਿਉਂਕਿ ਮੈਂ ਲੁਧਿਆਣੇ ਦੀ ਟੀਮ ਦਾ ਇੰਚਾਰਜ ਹਾਂ ਤੇ ਬਾਕੀ ਪੰਜਾਬ ਟੀਮ ਦਾ ਆਸ਼ੂ ਵੀਰ ਗੁਰਿੰਦਰ ਵੀਰ ਉਹ ਦੇਖਣਗੇ ਕੀ ਕਰਨਾ ਆਪਣੇ ਸ਼ਹਿਰਾਂ ਦਾ ਸਾਡੇ ਵੱਲੋਂ ਨਾ ਵੀਰੇ ਹੱਥ ਖੜ ਗਏ ਸੌਰੀ ਕੰਨ ਫੜ ਕੇ ਜਿਹੜੇ ਪੇਸ਼ੈਂਟਾਂ ਦਾ ਹੈਲਪ ਨਹੀਂ ਹੋ ਪਾਈ ਜਿਨ੍ਹਾਂ ਦੀ ਹੋ ਪਾਈ ਉਹਨਾਂ ਦਾ ਡੋਨਰਾਂ ਦਾ ਥੈਂਕ ਯੂ ਬਾਈ ਅੱਜ ਵੀ ਪਹਿਲੀ ਵਾਰੀ ਸੇਵਾ ਕਰਨ ਆਏ ਨੇ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਐਂਡਲੀ ਵਾਰੀ ਸੇਵਾ ਸੌਰੀ ਤੁਹਾਡੀ ਬਾਕੀ ਜੇ ਕਿਸੇ ਹੋਰ ਵੀਰ ਨੇ ਕੁਝ ਕਹਿਣਾ ਤਾਂ ਕਹਿ ਸਕਦਾ ਵੀਰੇ ਤੁਸੀਂ ਕੁਝ ਕਹਿਣਾ ਚਾਹੋ ਅੱਜ ਐਂਡਲੀ ਵਾਰੀ ਸੇਵਾ ਕਰਕੇ ਕਿੱਦਾਂ ਦਾ ਲੱਗਦਾ ਹਾਂ ਤਾਂ ਵੀਰੇ ਅੱਜ ਪਹਿਲੇ ਦਿਨ ਮਿਲੇ ਸਾਨੂੰ ਬੜਾ ਦੁੱਖ ਹੁੰਦਾ ਇਹ ਗੱਲ ਨਹੀਂ ਆਉਂਦੀ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਆ ਮੇਰਾ ਬ੍ਰਦਰ ਆ ਕੋਈ ਗੱਲ ਨਹੀਂ ਇਹਦਾ ਦੋਸਤ ਆ ਇਹਨੂੰ ਸਿੰਗਾਪੁਰ ਤੋਂ ਸਪੈਸ਼ਲ ਸੇਵਾ ਭੇਜੀ ਮੈਨੂੰ ਬਾਹਰੋਂ ਮੇਰੇ ਫਰੈਂਡ ਨੇ ਭੇਜੀ ਸੇਵਾ ਕਰਦਾ ਜਾ ਕੇ ਆਈ ਅਨਮੋਲ ਲੁਧਿਆਣੇ ਚ ਸਪੈਸ਼ਲ ਜਾ ਕੇ ਮਿਲ ਕੇ ਆਇਆ ਸੇਵਾ ਕਰਦਾ ਵੀਰ ਘਰ ਬਹਿ ਕੇ ਇਸ ਐਨਜੀਓ ਦੀ ਪਰ ਵੀਰੇ ਤੁਸੀਂ ਹੌਸਲਾ ਨਾ ਛੱਡ ਤਾ ਭਾਜੀ ਦੇਖੋ ਕਿੰਨੇ ਜਾਣਿਆਂ ਦੀਆਂ ਦੁਆਵਾਂ ਨੇ ਭਾਜੀ ਮੈਂ ਨਹੀਂ ਮੈਂ ਪਾਗਲ ਹੋਣਾ ਯਾਰ ਭਾਜੀ ਜੇ ਮੈਂ ਹੀ ਡਿਪਰੈਸ਼ਨ ਚਲਾ ਗਿਆ ਮੇਰੇ ਮਾਪਿਆਂ ਨੇ ਕੀ ਖੱਟ ਪਿਆ ਮੈਂ ਸੇਵਾ ਨੂੰ ਚੱਟਣਾ ਜੇ ਮੇਰਾ ਦਿਲ ਹੀ ਨਹੀਂ ਮੰਨ ਰਿਹਾ ਮੇਰਾ ਦਿਲ ਹਾਰ ਚੁੱਕਾ ਫਾਈਨਲੀ ਤੁਹਾਡੀ ਜਿੱਤ ਹੋਈ ਵੀਰੋ ਕਿਉਂਕਿ ਕਹਾਵਤ ਕਹਿਣ 'ਚ ਤੰਗੀ ਲੱਗਦੀ ਕਿ ਕੁੱਤੇ ਭੌਂਕਦੇ ਰਹਿੰਦੇ ਹਾਥੀ ਚੱਲਦੇ ਰਹਿੰਦੇ ਆਪਣੇ ਉੱਪਰ ਲਾਗਤ ਕਰਨੀ ਬਹੁਤ ਔਖੀ ਗੱਲ ਹੈ ਐਟ ਸਟਿਲ ਏਜ ਬਾਕੀ ਜੇ ਕਿਸੇ ਡੋਨਰ ਕੋਲੋਂ ਕੋਈ ਪੈਸਾ ਫੜਿਆ ਹੋਵੇ ਉਹਦਾ ਮੈਂ ਦੇਣ ਦਈ ਹਾਂ ਹਮੇਸ਼ਾ ਲਈ ਅਤੇ ਜੇ ਕਿਸੇ ਡੋਨਰ ਨੂੰ ਹੋਵੇ ਕਿ ਮੈਂ ਅਨਮੋਲ ਨੂੰ ਪੈਸੇ ਦੇ ਕੇ ਗਿਆ ਸੀਗਾ ਉਹ ਕਿੱਥੇ ਗਏ ਉਹ ਆ ਕੇ ਮੇਰੇ ਕੋਲ ਹਿਸਾਬ ਲੈ ਸਕਦਾ ਬਾਕੀ ਜੇ ਕਿਸੇ ਨੇ ਇਹ ਹਿਸਾਬ ਲੈਣਾ ਕਿ ਹੁਣ ਤੱਕ ਇਸ ਐਨਜੀਓ ਨੇ ਕਿੰਨੇ ਮਰੀਜ਼ਾਂ ਦਾ ਭਲਾ ਕੀਤਾ ਤਾਂ 3 ਲੱਖ ਲੋਕਾਂ ਦਾ ਰਿਟਰਨ ਹਿਸਾਬ ਮੈਂ ਦੇ ਸਕਦਾ 5-7 ਕਰੋੜ ਦਾ ਜੇ ਚਾਹੀਦਾ ਹਿਸਾਬ ਉਹ ਵੀ ਦੇ ਸਕਦਾ ਅਤੇ ਬਾਕੀ ਉਮੀਦ ਕਰਾਂਗਾ ਹੁਣ ਤੁਹਾਡੀ ਥੈਂਕ ਯੂ ਸਾਰਿਆਂ ਦਾ ਅਤੇ ਆ ਜਾ ਵੀਰੇ ਆ ਜਾ ਯਾਰ ਸ਼ੁਭਿਤ ਆ ਜਾ ਤੂੰ ਵੀ ਆ ਜੈਂਟਲ ਆ ਜਾ ਕਰਨ ਆ ਜਾ ਆਜੋ ਆਜੋ ਕੋਈ ਗੱਲ ਨਹੀਂ ਅੱਜ ਕਿੱਦਾਂ ਤਾਂ ਲੱਗ ਰਿਹਾ ਤੁਹਾਨੂੰ ਆਪਣੀ ਜ਼ਿੰਦਗੀਆਂ ਬਰਬਾਦ ਕਰਕੇ ਤੁਸੀਂ ਰੋਜ਼ 3-3 ਘੰਟੇ ਇੱਥੇ ਲਾ ਰਹੇ ਹੋ ਅੱਜ ਕਿੱਦਾਂ ਦਾ ਫੀਲ ਹੋ ਰਿਹਾ ਨਹੀਂ ਰਹਿਣ ਦੇ ਭਾਜੀ ਉਹ ਭਾਜੀ ਭਾਜੀ ਜੇ ਲੁਧਿਆਣੇ ਦੇ ਵਿੱਚ ਨਹੀਂ ਨਾ ਬਾਕੀ ਆਪਣੇ ਹੁਸ਼ਿਆਰਪੁਰ ਪਟਿਆਲੇ ਤੇ ਬਾਕੀ ਸਾਰੇ ਸ਼ਹਿਰ ਨਾਲ ਆਪਣੇ ਆਪਣੇ ਬੰਦੇ ਭੇਜਿਓ ਜਿੰਨੇ ਉੱਥੇ ਪੇਸ਼ੈਂਟ ਹੋਗੇ ਨਾ ਜੇ ਤੁਹਾਡੇ ਕੋਲ ਨਹੀਂ ਭੇਜੇ ਜਾਂਦੇ ਤਾਂ ਉਹਨਾਂ ਨੂੰ ਲੁਧਿਆਣੇ ਸੱਦਿਆ ਕਰਿਓ ਜਿੱਥੇ ਤੁਹਾਡੇ ਕੋਲ ਸੇਵਾ ਹੁੰਦੀ ਉੱਥੇ ਬੁਲਾ ਲਿਆ ਕਰਿਓ ਜਿੱਥੇ ਤੁਹਾਡੇ ਕੋਲ ਸ਼ਰਧਾ ਹੋਊਗਾ ਜਿੱਥੇ ਤੁਹਾਡੇ ਘਰ ਦੇ ਨੇੜੇ ਹੋਊਗਾ ਜਿੰਨੇ ਤੁਹਾਡੇ ਕੋਲ ਸ਼ਰਧਾ ਹੋਊਗੀ ਆਪਣੇ ਆਪਣੇ ਸਾਰੇ ਪੂਰੇ ਦੇਸ਼ ਦੇ ਜਿੱਥੇ ਵੀ ਪੇਸ਼ੈਂਟ ਹੋਊਗੇ ਨਾ ਜਿੱਥੇ ਜਿੱਥੇ ਤੁਹਾਡੇ ਕੋਲ ਸੇਵਾ ਸਰਦੀ ਅਸੀਂ ਕਰ ਚੁੱਕੇ ਹਾਂ ਸਾਡੇ ਹੱਥ ਖਤਮ ਹੋ ਗਏ ਹੁਣ ਹੱਥ ਖੜੇ ਹੋ ਗਏ ਪੇਸ਼ੈਂਟ ਨਹੀਂ ਮੁੱਕਣੇ ਤੁਸੀਂ ਆ ਜਿਓ ਤੁਸੀਂ ਆਪਣੇ ਇੱਥੇ ਆ ਕੇ ਕਰ ਲਿਓ ਜਿੰਨੀ ਕਿ ਤੁਹਾਡੇ ਕੋਲ ਸਰਦੀ ਹੋ ਹਾਂ ਤੇ ਮੇਰਾ ਵੀਰ ਹੁਣ ਉਡੀਕ ਕਰਾਂਗੇ ਇਸ ਚੀਜ਼ ਦੇ ਨਾਲੇ ਮੈਨੂੰ ਇਹ ਕੋਈ ਕਮੈਂਟ ਨਾ ਕਰੇਗੀ ਵੀਰੇ ਤੂੰ ਹੌਸਲਾ ਨਾ ਹਾਰ 4-5 ਸਾਲਾਂ ਤੋਂ 17-18 ਸਾਲ ਦੀ ਉਮਰ 'ਚ ਸ਼ੁਰੂ ਹੋ ਗਿਆ ਸੀ ਹੌਸਲਾ ਹੀ ਰੱਖਦਾ ਆਇਆ ਹੁਣ ਟੁੱਟਿਆ ਤਾਂ ਹੁਣ ਮੈਂ ਕੱਲ੍ਹ ਤੋਂ ਆਪਣੇ ਕੰਮ ਕਾਰ ਵੱਲ ਧਿਆਨ ਦਊਂਗਾ ਘਰਦਿਆਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਘਰਦਿਆਂ ਨੂੰ ਵੀ ਸੌਰੀ ਮੇਰੇ ਘਰ ਦੇ ਵੀ ਵੀਡੀਓ ਦੇਖਦੇ ਹੋਣੇ ਪਰ ਕੱਲ ਤੋਂ ਯਾਰ ਹੁਣੀ ਕੰਮ ਕਰਨਗੇ ਸਾਰੀ ਟੀਮ ਮੈਂਬਰ ਜਿੰਨੀ ਵੀ ਕੁੱਤਿਆਂ ਵਾਂਗੂ ਲੱਗੀ ਹੋਈ ਸੀ ਇਸ ਕੰਮ ਦੇ ਵਿੱਚ ਉਹ ਆਪਣਾ ਕੰਮ ਕਾਰ ਕਰੇਗੀ ਤੇ ਜਿਹੜੇ ਡੋਨਰ ਸੀ ਡੋਨਰਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੇ ਮਰੀਜ਼ਾਂ ਦਾ ਭਲਾ ਕੀਤਾ ਇੰਨੇ ਲੋਕਾਂ ਦੀ ਜਾਨ ਬਚਾਈ ਤੇ ਬਾਕੀ ਥੈਂਕ ਯੂ ਸਾਰਿਆਂ ਦਾ ਗੋਡ ਬਲੈਸ ਯੂ ਜਿੰਦੇ ਵਾਦ ਕਰੋ
ਬਾਈ ਤੇਰੀ ਕਦੋਂ ਤੋਂ ਤੇਰੀ ਹੱਡੀ ਤੇਰੀ ਟੁੱਟੀ ਪਈ ਹੱਥ ਦੀ ਹੱਡੀ ਕਦੋਂ ਤੋਂ ਟੁੱਟੀ ਪਈ ਬਾਈ ਤੇਰੀ ਕੋਈ ਗੱਲ ਨੀ ਤੂੰ ਨਾ ਘਬਰਾ ਬਹੁਤ ਬੈਠੇ ਦੁਨੀਆ ਚ ਮਦਦ ਕਰਨ ਵਾਲੇ ਤੂੰ ਨਾ ਘਬਰਾ ਤੇਰੀ ਹੱਡੀ ਕਦੋਂ ਦੀ ਟੁੱਟੀ ਪਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁੱਡ ਲੱਕ ਬ੍ਰੋ ਚੱਲ ਭੈਣੇ ਮੇਰੀ ਉਮਰ ਵੀ ਚੱਲ ਨਹੀਂ ਨਹੀਂ ਭੈਣੇ ਬਸ ਹੁਣ ਵੀਰੇ ਖੋਇਆ ਪਿਆਰ ਵਾਪਸ ਪਾਏ ਮਨਚਾਹੀ ਸ਼ਾਦੀ ਗ੍ਰਹਿ ਕਲੇਸ਼ ਖਤਮ ਕਰਨੇ ਕੇ ਉਪਾਏ ਕਾਰੋਬਾਰ ਮੇ ਹਾਨੀ ਪੀਆਰ ਵਿਦੇਸ਼ ਯਾਤਰਾ ਲੋਟਰੀ ਨੰਬਰ ਮੁਠਕਰਨੀ ਵਸ਼ੀਕਰਨ ਹਰ ਸਮੱਸਿਆ ਕਾ ਸਮਾਧਾਨ ਬਸ ਫੋਨ ਉਠਾਏ ਔਰ ਸਕਰੀਨ ਪਰ ਦਿਖਾਏ ਨੰਬਰ ਪਰ ਫੋਨ ਘੁਮਾਏ 9815705376 बाबा अघोरीनाथ